ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਜੋ ਕਿ ਕੇਰ ਵਾਲੀ ਖੂਹਿ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇੱਥੋਂ ਦੇ ਮੌਜੂਦਾ ਸੇਵਾਦਾਰ ਬਾਬਾ ਪਵਨਦੀਪ ਸਿੰਘ ਜੀ ਹਨ ਜੋ ਕਿ ਬਹੁਤ ਹੀ ਨਿੱggi ਅਤੇ ਸ਼ਾਂਤ ਸੁਭਾਅ ਦੇ ਮਾਲਕ ਹਨ ਬਾਬਾ ਜੀ ਨੇ ਇੱਥੇ ਬਹੁਤ ਹੀ ਵਧੀਆ ਤੇ ਵੱਡਾ ਚਿੜੀਆ ਘਰ ਤੇ ਸਿੱਖ ਅਜਾਇਬ ਘਰ ਬਣਾਇਆ ਹੋਇਆ ਹੈ ਆਓ ਜੀ ਹੁਣ ਤੁਹਾਨੂੰ ਚਿੜੀਆ ਘਰ ਦੇ ਦਰਸ਼ਨ ਕਰਾਈਏ ਇਹ ਸਾਰੀਆਂ ਚਿੜੀਆਂ ਜੋ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਫੋਰਨ ਕੰਟਰੀਸ ਤੋਂ ਲਿਆਂਦੀਆਂ ਗਈਆਂ ਹਨ ਵਾਹਿਗੁਰੂ ਜੀ ਆਹ ਵਾ ਜਿਹੜੀਆਂ ਚਿੜੀਆਂ ਬਹੁਤ ਹੀ ਸੋਹਣੀਆਂ ਅਤੇ ਮਨਪ੍ਰਚਲਿਤ ਚਿੜੀਆਂ ਹਨ ਇੱਥੇ ਚਿੜੀਆਂ ਦੀਆਂ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਜਾਤੀਆਂ ਦੇਖਣ ਨੂੰ ਮਿਲਦੀਆਂ ਹਨ ਜੇਕਰ ਤੁਸੀਂ ਵੀ ਇੱਥੇ ਦੇਖਣ ਆਓਗੇ ਤਾਂ ਤੁਸੀਂ ਦੇਖਦੇ ਹੀ ਰਹਿ ਜਾਓਗੇ ਕਿ ਇੱਥੇ ਇੰਨੀਆਂ ਸੋਹਣੀਆਂ ਅਤੇ ਇੰਨੇ ਹਰ ਇੱਕ ਅਲੱਗ-ਅਲੱਗ ਰੰਗ ਦੀ ਚਿੜੀ ਇੱਥੇ ਮੌਜੂਦ ਹੈ ਅਤੇ ਬਹੁਤ ਹੀ ਛੋਟੀਆਂ-ਛੋਟੀਆਂ ਚਿੜੀਆਂ ਹਨ ਅਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਹਨ ਸੋ ਹੁਣ ਆਪਾਂ ਬਿੱਲੀਆਂ ਦੇਖਦੇ ਆ ਕਿ ਬਿੱਲੀਆਂ ਇਹ ਦੋ ਬਿੱਲੀਆਂ ਬਹੁਤ ਹੀ ਸੋਹਣੀਆਂ ਹਨ ਅਤੇ ਜੱਤ ਵਾਲੀਆਂ ਹਨ ਇਹ ਵੀ ਬਿੱਲੀਆਂ ਫੋਰਨ ਕੰਟਰੀਸ ਤੋਂ ਲਿਆਂਦੀਆਂ ਗਈਆਂ ਹਨ ਇਹ ਬਿੱਲੀਆਂ ਦੇਖਣ 'ਚ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਹਨ ਅਤੇ ਇਹ ਬਿੱਲੀਆਂ ਜਦੋਂ ਖੇਡਦੀਆਂ ਹਨ ਅਤੇ ਉਸ ਤੋਂ ਵੀ ਜ਼ਿਆਦਾ ਪਿਆਰੀਆਂ ਲੱਗਦੀਆਂ ਹਨ ਸੋ ਹੁਣ ਆਪਾਂ ਚੋਕੋਰਾ ਦੇਖਦੇ ਹਾਂ ਚੋਕੋਰਾ ਜੋ ਜਿਨ੍ਹਾਂ ਦੀ ਜਿਨ੍ਹਾਂ ਦੇ ਪ੍ਰੇਮ ਦੀ ਮਿਸਾਲ ਸਾਰੇ ਜੱਗ ਵਿੱਚ ਮਸ਼ਹੂਰ ਹੈ ਇਹ ਉਹੀ ਚੋਕੋਰਾ ਹਨ ਜੋ ਰਾਤ ਨੂੰ ਚੰ드ਰਮਾ ਵੱਲ ਦੇਖਦੀ ਹੈ ਅਤੇ ਜਿਵੇਂ ਜਿਵੇਂ ਚੰ드ਰਮਾ ਘੁੰਮਦਾ ਹੈ ਓਵੇਂ ਓਵੇਂ ਇਨ੍ਹਾਂ ਦੀ ਗਰਦਨ ਵੀ ਘੁੰਮ ਜਾਂਦੀ ਹੈ ਇਹ ਚੋਕੋਰਾ ਜੱਗ ਵਿੱਚ ਬਹੁਤ ਹੀ ਮਸ਼ਹੂਰ ਹਨ ਅਤੇ ਹਰ ਕੋਈ ਇਨ੍ਹਾਂ ਦੇ ਪ੍ਰੇਮ ਦੀ ਮਿਸਾਲ ਮਿਸਾਲ ਹੀ ਦਿੰਦਾ ਹੈ ਇੱਥੇ ਕਈ ਤਰ੍ਹਾਂ ਦੇ ਮੁਰਗੇ ਵੀ ਪਾਇਆ ਜਾਂਦੇ ਹਨ ਜਿਵੇਂ ਕਈ ਮੁਰਗੇ ਤਾਂ ਆਪਾਂ ਆਮ ਆਪਣੇ ਘਰਾਂ ਵਿੱਚ ਦੇਖਦੇ ਹਾਂ ਜਿਹੜੇ ਆਪਣੇ ਘਰਾਂ ਵਿੱਚ ਉਹੀ ਦੂਰੇ ਫਿਰਦੇ ਆ ਪਰ ਇੱਥੇ ਉਹ ਵੀ ਮੁਰਗੇ ਹਨ ਜਿਹੜੇ ਥਾਈਲੈਂਡ ਤੋਂ ਲਿਆਂਦੇ ਗਏ ਹਨ ਜਿੰਨਾਂ ਦੀ ਜਤ ਉਹਨਾਂ ਦੇ ਪੈਰ ਤੇ ਵੀ ਹੈ ਜਿਵੇਂ ਪੈਰ ਵੀ ਉਹਨਾਂ ਦੇ ਬਹੁਤ ਸੋਹਣੇ ਬਣੇ ਹੋਏ ਹਨ ਖੰਭ ਖੁੰਭ ਲੱਗੇ ਆ ਅਤੇ ਇੱਥੇ ਅਜਿਹੇ ਮੁਰਗੇ ਵੀ ਹਨ ਜੋ ਕਿ ਜਾਪਾਨ ਤੋਂ ਲਿਆਂਦੇ ਗਏ ਆ ਅਤੇ ਇਹਨਾਂ ਇਸ ਪਰਜਾਤੀ ਦੀ ਜਿਹੜੀ ਪੂਛ ਹੈ ਇਸ ਮੁਰਗੀਆਂ ਦੀ ਜਿਹੜੀ ਪੂਛ ਆ ਮਤਲਬ ਜਿਹੜੇ ਖੰਭ ਆ ਜਿਹੜੇ ਪੂੰਛ ਆ ਉਹ 8 ਤੋਂ 10 ਮੀਟਰ ਲੰਬੀ ਹੁੰਦੀ ਹੈ ਚੂਹੇ ਜਿਹੜੇ ਆਪਾਂ ਆਮ ਨੋਰਮਲ ਆਪਾਂ ਆਪਣੇ ਘਰਾਂ ਵਿੱਚ ਵੀ ਚੂਹੇ ਦੇਖਦੇ ਹਾਂ ਪਰ ਇੱਥੇ ਜਿਹੜੇ ਚੂਹੇ ਹਨ ਉਹ ਬਹੁਤ ਹੀ ਸੋਹਣੇ ਅਤੇ ਬਹੁਤ ਹੀ ਅਲੱਗ-ਅਲੱਗ ਕਿਸਮ ਦੇ ਚੂਹੇ ਹਨ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਕਿ ਚਿੱਟੇ ਚੂਹੇ ਚਿੱਟੇ ਚੂਹੇ ਬਹੁਤ ਹੀ ਦੇਖਣ 'ਚ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹਨ ਪਰ ਇਨ੍ਹਾਂ ਚੂਹਿਆਂ ਦੀ ਇਹ ਖਾਸੀਅਤ ਹੈ ਕਿ ਇਨ੍ਹਾਂ ਨੂੰ ਬਿਲਕੁਲ ਵੀ ਦਰਦ ਨਹੀਂ ਹੁੰਦਾ ਕਿਉਂਕਿ ਇਨ੍ਹਾਂ ਦੀ ਇਨ੍ਹਾਂ ਨੂੰ ਮਾਲਕ ਨੇ ਬਣਾਇਆ ਹੀ ਇਸ ਤਰ੍ਹਾਂ ਹੈ ਕਿ ਇਨ੍ਹਾਂ ਨੂੰ ਜੋ ਆਪਾਂ ਮਰਜ਼ੀ ਕਰ ਲਈਏ ਇਨ੍ਹਾਂ ਨੂੰ ਕੁਝ ਵੀ ਕੋਸ਼ ਵੀ ਮਹਿਸੂਸ ਨਹੀਂ ਹੁੰਣਾ ਇਹਨਾਂ ਨੂੰ ਕੁਝ ਵੀ ਦਰਦ ਨਹੀਂ ਹੁੰਦਾ ਸੋ ਆਪਣੇ ਜਿਹੜੇ ਸਾਇੰਟਿਸਟ ਹੁੰਦੇ ਆ ਜਿਹੜੇ ਨਾਰਮਲ ਜਿਹੜਾ ਆਪਾਂ ਕੋਈ ਵੀ ਸਾਇੰਟਿਸਟ ਜਿਹੜਾ ਐਕਸਪੈਰੀਮੈਂਟ ਕਰਦੇ ਆ ਸਭ ਤੋਂ ਪਹਿਲਾਂ ਇਹ ਚਿੱਟੇ ਚੋਹੇ ਆ ਤੇ ਇਹੀ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਤੋਂ ਬਾਅਦ ਵਿੱਚ ਇਨਸਾਨਾਂ ਤੇ ਐਕਸਪੈਰੀਮੈਂਟ ਕਰਦੇ ਆ ਇੱਥੇ ਆਪਾਂ ਅਜਿਹੇ ਚੋਹੇ ਵੀ ਦੇਖ ਰਹੇ ਆ ਕਿ ਜਿਹੜੇ ਜਿਨ੍ਹਾਂ ਨੂੰ ਦਿਖ ਜਿਹੜੇ ਦੇਖ ਹੀ ਨਹੀਂ ਸਕਦੇ ਪਰ ਇਹਨਾਂ ਦੀ ਇਹ ਵੀ ਖਾਸियत ਹੈ ਕਿ ਇਹਨਾਂ ਦੇ ਦੰਦ ਇੰਨੇ ਤਿੱਖੇ ਹਨ ਕਿ ਇਹ ਕੋਈ ਵੀ ਸਖਤ ਤੋਂ ਸਖਤ ਦਾਣੇ ਆ ਕੋਈ ਵੀ ਚੀਜ਼ ਆ ਆਪਣੇ ਦੰਦਾਂ ਨਾਲ ਤੋੜ ਦਿੰਦੇ ਹਨ ਅਤੇ ਇਹਨਾਂ ਦੇ ਜਿਵੇਂ ਪੈਰ ਤੇ ਪੂੰਛ ਆਮ ਜਿਹੜੇ ਚੂਹੇ ਹੁੰਦੇ ਆ ਉਹਨਾਂ ਨਾਲੋਂ ਬਹੁਤ ਹੀ ਛੋਟੀ ਹੁੰਦੀ ਹੈ ਤੇ ਇਹ ਵੀ ਅਲੱਗ-ਅਲੱਗ ਰੰਗਾਂ 'ਚ ਪਏ ਜਾਂਦੇ ਜਿਵੇਂ ਇਹਨਾਂ ਦੇ ਚੂਹਿਆਂ ਦੇ ਚਿੱਟਾ ਕਾਲਾ ਤੇ ਭੂਰਾ ਰੰਗ ਇਹ ਬਹੁਤ ਹੀ ਦੇਖਣ 'ਚ ਵੀ ਇਹ ਬਹੁਤ ਇੰਨੇ ਪਿਆਰੇ ਲੱਗਦੇ ਹਨ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ ਇਸ ਜਿਹੜੀ ਆ ਘਰ ਵਿੱਚ ਖਰਗੋਸ਼ ਵੀ ਹੈ ਤੇ ਅਤ ਇੱਕ ਹਰਗੋਸ਼ ਬਹੁਤ ਹੀ ਜ਼ਿਆਦਾ ਸੋਹਣੇ ਹਨ ਅਤੇ ਫਲ ਦੇਖਣ ਜ ਵੀ ਬਹੁਤ ਜ਼ਿਆਦਾ ਫਲਫੀ ਹਨ ਕਈ ਖਰਗੋਸ਼ ਤਾਂ ਇੰਨੇ ਜ਼ਿਆਦਾ ਫਲਫੀ ਆ ਕਿ ਦੇਖਣ ਨੂੰ ਐਂਕ ਦਿਲ ਕਰਦਾ ਕਿ ਆਪਾਂ ਇਹਨੂੰ ਹੱਥ ਲਾਈ ਲਈ ਕਿ ਫੜੀ ਲਈਏ ਪਰ ਇਹ ਭੱਜਦੇ ਇੰਨੀ ਤੇਜ਼ ਆ ਕਿ ਹੱਥ ਹੀ ਨਹੀਂ ਆਉਂਦੇ ਸੋ ਜਿਹੜੇ ਖਰਗੋਸ਼ ਐ ਇਹ ਚਿੱਟੇ ਵੀ ਆ ਕਾਲੇ ਵੀ ਆ ਬਰਾਊਨ ਰੰਗ ਦੇ ਵੀ ਆ ਬੜੇ ਹੀ ਸੋਹਣੇ ਸੋਹਣੇ ਖਰਗੋਸ਼ ਆ ਇੱਥੇ ਜਿਵੇਂ ਕਬੂਤਰ ਆਪਣੇ ਘਰਾਂ ਵਿੱਚ ਵੀ ਹੁੰਦੇ ਆ ਉਵੇਂ ਇੱਥੇ ਵੀ ਬਹੁਤ ਸੋਹਣੇ ਸੋਹਣੇ ਚਿੱਟੇ ਰੰਗ ਦੇ ਕਾਲੇ ਰੰਗ ਦੇ ਬਹੁਤ ਹੀ ਸੋਹਣੇ ਸੋਹਣੇ ਕਬੂਤਰ ਵੀ ਹਨ ਜਿਹੜੇ ਆਪਦੀ ਚਹਿਚਕਾ ਦੇ ਨਾਲ ਸਾਰੇ ਦਿਨ ਰੌਣਕ ਲਈ ਰੱਖਦੇ ਹਨ ਜੇ ਆਪਾਂ ਥੋੜਾ ਅੱਗੇ ਚੱਲਦੇ ਆ ਤਾਂ ਇੱਥੇ ਆਪਣੇ ਜਿਹੜਾ 12 ਸਿੰਘੀਆ ਉਹ ਵੀ ਇਸ ਚੀੜਿਆ ਘਰ ਦੀ ਸ਼ਾਨ ਹੈ 12 ਸਿੰਘਾ ਜਿਹੜਾ ਉਹ ਵੀ ਇੱਥੇ ਪਾਇਆ ਜਾਂਦਾ ਹੈ ਆਪਾਂ ਦੇਖ ਸਕਦੇ ਹਾਂ 12 ਸਿੰਘਾ ਨੂੰ 12 ਸਿੰਘਾ ਜਿਹਦੇ ਜਿਹੜਾ ਸਾਲ ਵਿੱਚ ਦੋ ਵਾਰ ਆਪਣੇ ਸਿੰਘ ਛਾੜ ਦਿੰਦਾ ਹੈ ਅਤੇ ਦੋ ਵਾਰ ਉਹ ਦੁਬਾਰਾ ਆਪਣੇ ਸਿੰਘ ਲੈ ਆਂਦਾ ਹੈ ਅੱਗੇ ਆਪਾਂ ਦੇਖਦੇ ਹਾਂ ਤੋਤੇ ਤੋਤੇ ਜਿਹੜੇ ਆ ਉਹ ਵੀ ਕਿੰਨੇ ਸੋਹਣੇ ਲੱਗਦੇ ਐ ਵੈਸੇ ਜ਼ਿਆਦਾਤਰ ਤਾਂ ਤੋਤੇ ਆਪਾਂ ਜਿਹੜੇ ਨਾਰਮਲ ਦੇਖਦੇ ਆ ਉਹ ਨਹੀਂ ਬੋਲਦੇ ਪਰ ਇੱਥੇ ਜਿਹੜੇ ਤੋਤੇ ਆ ਉਹ ਜ਼ਿਆਦਾਤਰ ਸਾਰੇ ਤੋਤਿਆਂ ਦੇ ਗਾਨੀ ਆ ਤੇ ਉਹ ਸਾਰੇ ਤੋਤੇ ਜ਼ਿਆਦਾਤਰ ਬੋਲਦੇ ਹੀ ਬੋਲਦੇ ਆ ਇੱਥੇ ਨਾਰਮਲ ਵੀ ਹੈਗੇ ਆ ਜਿਹੜੇ ਤੋਤੇ ਵੈਸੇ ਜ਼ਿਆਦਾਤਰ ਤਾਂ ਇੱਥੇ ਬਹੁਤ ਬੋਲਦੇ ਆ ਪਰ ਇੱਥੇ ਉਹ ਤੋਤੇ ਵੀ ਪਏ ਜਾਂਦੇ ਆ ਜਿਹੜੇ ਚਮਕਿਤੜਾ ਵਾਂਗ ਪੁੱਠੇ ਲਮਕਦੇ ਆ ਜਿਹੜੇ ਜਿਵੇਂ ਆਪਣੇ ਕੋਈ ਵੀ ਪੰਛੀ ਹੁੰਦੇ ਆ ਮਾਈਗ੍ਰੇਟ ਹੁੰਦੇ ਆ ਉਵੇਂ ਹੀ ਤੋਤੇ ਵੀ ਮਾਈਗ੍ਰੇਟ ਹੋਏ ਸੀ ਤੇ ਉਦੋਂ ਚਮਗਿੱਦੜਾਂ ਦੀ ਕਲੋਨੀ ਦੇ ਵਿੱਚ ਜਾ ਕੇ ਜਦੋਂ ਰਹਿਣ ਲੱਗੇ ਤੇ ਉਹਨਾਂ ਉਹ ਵੀ ਉਹਨਾਂ ਦੀ ਨਕਲ ਕਰਕੇ ਉਹ ਵੀ ਪੁੱਠੇ ਲਮਕਣ ਲੱਗ ਗਏ ਓਵੇਂ ਹੀ ਰਹਿਣ ਲੱਗ ਗਏ ਸੋ ਜਿਵੇਂ ਜਿਵੇਂ ਉਹ ਰਹਿਣ ਲੱਗੇ ਓਵੇਂ ਉਹ ਇਹਨਾਂ ਦਾ ਸਾਰਾ ਡਾਈਜੈਸਟਿਵ ਸਿਸਟਮ ਜਿਹੜਾ ਪਾਚਨ ਕਿਰਿਆ ਸਾਰੀ ਹੁੰਦੀ ਹੈ ਉਹ ਸਾਰੀ ਉਸੇ ਤਰ੍ਹਾਂ ਹੀ ਸਾਰੀ ਬਣ ਗਈ ਸੋ ਅੱਗੇ ਜਿਹੜਾ ਕੀ ਆ ਆਪਾਂ ਦੇਖ ਸਕਦੇ ਆ ਕਿ ਇੱਥੇ ਇੱਕ ਉਹ ਜਾਨਵਰ ਵੀ ਹੈ ਜਿਹੜਾ ਜੰਗ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ ਜੋ ਕੀ ਹੈ ਓਸਟ੍ਰਿਚ ਜਿਨੂ ਸ਼ਤਰਮੁਰਗ ਵੀ ਕਿਹਾ ਜਾਂਦਾ ਹੈ ਇਹ ਉਹ ਪਰਜਾਤੀ ਹੈ ਜਿਨ੍ਹਾਂ ਦੇ ਪੈਰ ਕੀ ਹੈ ਡਾਇਨਾਸੌਰ ਵਰਗੇ ਆ ਤੇ ਇਹਨਾਂ ਦੀ ਇਹ ਸਭ ਤੋਂ ਜ਼ਿਆਦਾ ਰਫ਼ਤਾਰ ਜਿਹੜੀ ਹੈ ਇਹਨਾਂ ਦੀ ਹੀ ਹੁੰਦੀ ਹੈ ਤੇ ਇਹ ਦੇਖਣ ਜੀ ਬਹੁਤ ਸੋਹਣੇ ਲੱਗਦੇ ਹਨ ਇਹਨਾਂ ਦੇ ਪੈਰ ਬਹੁਤ ਜ਼ਿਆਦਾ ਲੰਮੇ ਹੁੰਦੇ ਲੱਤਾਂ ਬਹੁਤ ਲੰਮੀਆਂ ਹੁੰਦੀਆਂ ਇਹਨਾਂ ਦੇ ਬੈਠ ਕੇ ਸਵਾਰੀ ਵੀ ਆਪਾਂ ਕਰ ਸਕਦੇ ਹਾਂ ਹੁਣ ਤੁਹਾਨੂੰ ਸਿੱਖ ਅਜਾਇਬ ਘਰ ਦੇ ਦਰਸ਼ਨ ਕਰਾਈਏ ਆਪ ਤੁਸੀਂ ਦੇਖ ਦੇਖ ਸਕਦੇ ਹੋ ਕਿ ਜਿਵੇਂ ਆਪ ਸਿੰਗਾ ਨੂੰ ਕਿਚ ਰਖੜਿਆਂ ਤੇ ਚੜਾਇਆ ਗਿਆ ਸੀਗਾ ਤੇ ਵੀ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀਗਾ ਸੋ ਇਹ ਸਾਰੀ ਜਿਹੜੀ ਪੂਰੀ ਡਿਟੇਲ ਆ ਆਪਾਂ ਨੈਕਸਟ ਆਪਣੀ ਵੀਡੀਓ ਦੇ ਵਿੱਚ ਦੱਸਾਂਗੇ ਸੋ ਹੁਣ ਲਈ ਬਹੁਤ ਬਹੁਤ ਧੰਨਵਾਦ ਜਿਹੜਾ ਐਤਵਾਰ ਜਿਹੜਾ ਸਮਾਗਮ ਹੁੰਦਾ ਹਫਤਾਵਾਰੀ ਕੀਰਤਨ ਸਮਾਗਮ ਇਹ ਸਾਰਾ ਸਮਾਗਮ ਏਕਨੂ ਟੀਵੀ ਚੈਨਲ ਤੇ ਲਾਈਵ ਦਿਖਾਇਆ ਜਾਂਦਾ ਐਤਵਾਰ ਦੇ ਐਤਵਾਰ ਹਰ ਐਤਵਾਰ ਦਿਖਾਇਆ ਜਾਂਦਾ ਹੈ ਸੋ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਐਂਡ ਕਮੈਂਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ